ਆਕੇ ਕੱਲ ਵੀ ਉਸ ਬੱਚੇ ਕੀ ਕੋਈ ਇਹ ਨਹੀਂ ਆਖਿਆ ਤੂੰ ਕਿੱਥੋਂ ਕੰਮ ਕਰੀ ਆਇਆ ਬਾਈ ਤੂੰ ਕਿੱਥੋਂ ਸਿੱਖਿਆ ਦਾ ਕੰਮ ਉਹ ਪੂਰਾ ਇੱਕ ਲਾਇਸੈਂਸ ਦਾ ਕੰਮ ਕਰਦਾ ਹੋਗਾ ਪੂਰਾ ਉਸ ਬਾਕਾਇਦਾ ਲੈਮੀਨੇਸ਼ਨ ਉਸ ਬੱਚੇ ਦਾ ਜਾਂ ਉਸ ਜਿਹੜਾ ਵੀ ਬੱਚਾ ਜਾਂ ਬੱਚੀ ਜੋ ਵੀ ਟ੍ਰੇਨਿੰਗ ਕਰੀ ਗਈ ਹੈ ਦੋ ਸਾਲ ਤੱਕ ਪੂਰਾ ਉਹਦੇ ਕੰਨੇ ਕੰਟੈਕਟ ਰੱਖੀ ਦੀ ਹੁੰਦੀ ਹੈ ਸਾਨੂੰ ਦੋ ਸਾਲ ਤੱਕ ਉਹਦਾ ਪਿੱਛਾ ਨਹੀਂ ਛੋੜਦੇ ਪਿੱਛਾ ਇਹ ਨਹੀਂ ਹੈ ਕਿ ਉਸੇ ਤੰਗ ਕਰਨਾ ਸਿਰਫ ਉਸ ਦੇਖਣਾ ਕਿ ਬੱਚੇ ਤੋਂ ਟ੍ਰੇਨਿੰਗ ਕੀਤੀ ਕੀ ਕਰ ਰਿਹਾ ਕੰਮ ਸ਼ੁਰੂ ਕੀਤਾ ਕੋਈ ਕਿ ਨਹੀਂ ਕੀਤਾ ਚਾਹੇ ਉਹ ਕਿਸੇ ਕੋਲ ਕੇ ਕਰੇ ਚਾਹੇ ਆਪਣਾ ਖੋਲ ਹੈ ਉਹ ਉਹਦੀ ਆਪਣੀ ਮਰਜ਼ੀ ਹੈ ਲੇਕਿਨ ਕੰਮ ਕਰਨਾ ਹੈ ਅਗਰ ਤੁਸੀਂ ਪੁੱਛਣਾ ਅਗਰ ਕੋਈ ਪ੍ਰੋਬਲਮ ਆਵਾਦੀ ਹੈ ਤਾਂ ਕੋਈ ਦੱਸ ਸਾਨੂੰ ਅਸੀਂ ਕਿੱਥੇ ਮਦਦ ਕਰ ਸਕਦੇ ਹਾਂ ਤੇਰੀ ਅਗਰ ਕੋਈ ਫਾਈਨੈਂਸ਼ੀਅਲ ਪ੍ਰੋਬਲਮ ਹੈ ਅਸੀਂ ਕੋਈ ਬੈਂਕ ਦੀ ਪ੍ਰੋਬਲਮ ਆਵਾਦੀ ਹੈ ਉਹਦੇ ਕੋਲ ਪੈਸਾ ਨਹੀਂ ਆਇਆ ਬੈਂਕ ਵਾਲਾ ਕੋਈ ਕਰਜ਼ਾ ਲਈਏ ਤਾਂ ਕੋਈ ਉਹ ਕੰਮ ਰੁਜ਼ਗਾਰ ਖੋਲਣਾ ਚਾਹੁੰਦਾ ਅਸੀਂ ਉੱਥੇ ਪੂਰੀ ਮਦਦ ਕਰਨੇ ਤੁਸੀਂ ਤਰੀਕੇ ਦੱਸਣੇ ਟ੍ਰੇਨਿੰਗ ਦੇ ਦੌਰਾਨ ਗੇ ਸਮਝਾਈ ਦਿੰਦੇ ਸਭ ਕੁਛ ਕਿ ਤਰੀਕਾ ਕਰਨਾ ਹੁੰਦਾ ਲਾਈਫ ਸੋ ਲੇਕਿਨ ਅਸ ਲੋਕ ਕੀ ਕਰਨੇ ਆ ਆਮ ਤੌਰ ਉੱਪਰ ਆਪੇ ਤੇ ਕਰਨਾ ਕੱਖ ਨੇ ਤੇ ਜੇਲੇ ਚਾਰ ਜਗ੍ਹਾ ਇਕੱਠੇ ਚਾਰ ਭਰਾ ਇਕੱਠੇ ਹੋ ਜਾਣ ਜਾਂ ਚਾਰ ਭੈਣਾਂ ਇਕੱਠੀਆਂ ਹੋ ਜਾਣ ਕੋਲ ਬਹੁਮਣ ਲੋਕ ਇਕੱਠੇ ਹੋਣ ਤੇ ਕੰਜੂਮ ਕਰਨੇ ਦਾ ਵੀ ਮਤਲਬ ਰਿਸ਼ਤਾ ਬਣਾਉਣਾ ਤੋ ਅੱਜ ਮੈਂ ਇਹ ਸਮਝਣਾ ਕਿ ਗੁੜੇ ਤਲਾ ਦੇ ਵਿੱਚ ਕਾਲਾ ਰਾਮ ਦੇ ਪ੍ਰਯਾਸ ਕਰਨੇ ਇੱਕ ਐਸਾ ਦਿਨ ਹੈ ਕਿ ਅਸ ਆਪਣੇ ਬੱਚੇ ਦਾ ਜਿਹੜਾ ਹੈ ਉਹ ਭਵਿੱਖ ਬਦਲੀ ਸਕਨੇ ਆ ਅਸੀਂ ਸਾਡੇ ਕੋਲ ਖੁਦ ਚਲੀ ਹੈ ਡਾਇਰੈਕਟਰ ਸਾਹਿਬ ਆਏ ਦਿਨ ਉਹ ਅਸੀਂ ਦੱਸਾ ਕਰਦੇ ਹਾਂ ਕਿ ਤੂੰ ਆਓ ਟ੍ਰੇਨਿੰਗ ਲਾਓ ਦੇਣਾ ਕੱਖ ਨਹੀਂ ਮੁੱਲ ਕੋਈ ਨਹੀਂ ਲੱਗਣਾ ਅਸ ਜ਼ਿਆਦਾ ਗੱਲਾਂ ਕਰਕੇ ਅਤੇ ਤਾਂ ਵੀ ਹੋਇਆ ਸਾਹਿਬ ਜੇ ਘੱਟ ਕਰਕੇ ਅਤੇ ਤਾਂ ਵੀ ਹੋਇਆ ਸਾਹਿਬ ਇੱਕ ਵਾਰੀ ਇੱਕ 8000 ਲੋਕੀ ਪੈਨਸ਼ਨ ਲਾਈ ਦੀ ਹੈ ਪੂਰੇ ਅਖਨੂਰ ਦੇ ਵਿੱਚ ਜਿਹੜੇ ਸਾਡੇ ਡਾਇਰੈਕਟਰ ਸਾਹਿਬ ਨੇ ਆਖਿਆ ਭਲਾ ਇਹ ਇਹਨੇ ਤੁਸੀਂ ਟ੍ਰੇਨਿੰਗ ਲੈਣ ਜਾਣਾ ਉਹ ਤਿੰਨੋਂ ਕੰਪੋਨੈਂਟ ਅਸੀਂ ਇੱਥੇ ਟ੍ਰੇਨਿੰਗ ਤੁਹਾਡੇ ਘਰ ਵਿੱਚ ਕਰਾਉਂਦੇ ਇੱਥੇ ਵੀ ਸਾਡਾ ਸੈਂਟਰ ਆ ਫਰਕ ਇੰਨਾ ਕਿ ਅਸੀਂ ਤੁਸੀਂ ਅੱਗੇ ਪੜ੍ਹਨ ਲਈ ਨਹੀਂ ਦੱਸਦੇ ਆ ਸਾਡਾ ਕੰਮ ਟ੍ਰੇਨਿੰਗ ਤੁਹਾਡੀ ਆ ਟ੍ਰੇਨਿੰਗ ਕਰਾਈ ਉੜਦੇ ਮਗਰ ਮੈਨੇਜਰ ਸਾਹਿਬ ਨੇ ਆਖਿਆ ਕਿ ਅਗਰ ਟ੍ਰੇਨਿੰਗ ਕਰੀਏ ਕੋਈ ਕਾਰੋਬਾਰ ਫੈਕਟਰੀ ਕਨਵਰਟ ਕਰ ਇਲੈਕਟ੍ਰੀਸ਼ਨ ਉਹਨਾਂ ਪਲੰਬਰ ਦਾ ਕੋਰਸ ਪਿਛਲੇ ਵਾਰੀ ਮੈਂ ਇੱਥੇ ਪੋਸਟਡ ਹਾਂ ਮਾਰਚ ਮਹੀਨਾ ਗਿਆ ਇੱਥੋਂ ਸਾਡੇ ਕੋਲ ਇੱਕ ਫਾਰਮ ਨਹੀਂ ਆਇਆ ਪਲੰਬਰ ਦਾ ਅਸੀਂ ਅਖਬਾਰ ਵਿੱਚ ਦਿੱਤਾ ਅਸੀਂ ਸਾਡੇ ਨੌਜਵਾਨਾਂ ਵਾਸਤੇ ਇਹ ਟ੍ਰੇਨਿੰਗ ਬਿਲਕੁਲ ਸਹੀ ਦਿੱਤੀ ਆ ਰਹੀ ਹੈ ਸਟੇਟ ਬੈਂਕ ਆਫ ਇੰਡੀਆ ਦੀ ਇਹ ਪਹਿਲਾਂ ਮੈਂ ਪਹਿਲਾਂ 83 ਰਹਿੰਦਾ ਉੱਥੇ ਦਿੱਤੀ ਆ ਰਹੀ ਟ੍ਰੇਨਿੰਗ ਹੈ ਬਿਲਕੁਲ ਸਹੀ ਹੈ ਨੌਜਵਾਨਾਂ ਵਾਸਤੇ ਆਪਣਾ ਰੁਜ਼ਗਾਰ ਕੋਈ ਵੀ ਖੋਲ੍ਹ ਹੀ ਸਕਦਾ ਇਹ ਕੰਮ ਕਰਨ ਵਾਸਤੇ ਸਹੀ ਟ੍ਰੇਨਿੰਗ ਦੇ ਆ ਰਹੇ ਠੀਕ ਹੈ ਸਹੀ ਕਿਸੇ ਹੱਥ ਪੈਰ ਲਾਣੇ ਗੰਨੇ ਗਏ ਤਾਂ ਬਣਦਾ ਕੋਈ ਰਸਤਾ ਦੱਸਣਾ ਕਿ ਚੱਲਣਾ ਤੁਸੀਂ ਆਪੇ ਹੈ ਤੁਸੀਂ ਕੋਸ਼ਿਸ਼ ਕਰਨੀ ਚਾਹੀਦੀ ਹੈ ਪਹਿਲਾਂ ਆਪਣੇ ਮਨੇ ਦੀ ਅੱਜ ਮੈਂ ਆਈ ਹਾਂ ਮੇਰਾ ਇਹ ਕੰਮ ਹੈ ਇੱਕ ਤਾਂ ਐਜੂਕੇਸ਼ਨ ਅਵੇਅਰਨੈਸ ਕੈਂਪ ਲਗਾਉਣੇ ਕਿ ਘਰ ਘਰ ਬੱਚੇ ਪੜ੍ਹਨ ਅਨਪੜ੍ਹ ਮਾਂ ਅਤੇ ਜਿਹੜੇ ਉਹਦੇ ਸਕੂਲ ਜਾਣ ਵਾਲੇ ਬੱਚੇ ਨੇ ਉਹਨਾਂ ਦੀ ਪੜ੍ਹਾਇਆ ਜਾ ਉਹਨਾਂ ਦੀ ਦੱਸਿਆ ਜਾ ਕਿ ਕਿੰਨੀਆਂ ਤਰੱਕੀ ਕੀਤੀ ਜਾ ਸਕਦੀ ਹੈ ਕਿੰਨੀਆਂ ਡਾਕਟਰ ਇੰਜੀਨੀਅਰ ਬਣ ਸਕਦੇ ਹਾਂਜੀ ਜਿਹੜੀ ਅਨਪੜ੍ਹ ਮਾਂ ਹੈ ਉਹ ਅਗਰ ਆਪਣੇ ਬੱਚੇ ਕੰਨਾ 24 ਘੰਟੇ 'ਚ ਕੋਈ 2 ਘੰਟੇ ਦੇਈ ਉੜਾ ਤਾਂ ਮੀਂਹ ਨਹੀਂ ਲੱਗਦਾ ਕਿ ਉਹਦਾ ਬੱਚਾ ਜਿਹੜਾ ਉਹ ਫੇਲੀਅਰ ਹੋਵੇ ਔਰ ਦੂਆ ਜੁਲਾ ਆਪਣੇ ਕੋਲ ਸਰਮਾਇਆ ਘੱਟ ਹੋਵੇ ਔਰ ਤਰੱਕੀ ਯਾਫਤਾ ਦੇ ਸਾਧਨ ਘੱਟ ਹੋਣ ਅਤੇ ਇਹ ਜਿਹੜੇ ਜਿਹੜੇ ਬੈਂਕ ਨੇ ਟ੍ਰੇਨਿੰਗਾਂ ਕਰਾਉਂਦੇ ਫ੍ਰੀ ਜਿਹੜਾ RCT ਦੇ ਜਿਹੜੇ ਨੁਮਾਇੰਦੇ ਆਏ ਉਹਨਾਂ ਨੇ ਦੱਸਿਆ ਤੁਹਾਨੂੰ ਅਤੇ ਮੈਂ ਸੋਚਿਆ ਕਿ ਕਮ ਸੇ ਕਮ ਇੱਥੇ ਕੋਈ 250 ਲੋਕ ਹੋਵ ਅਤੇ 4-5 ਬੈਚ ਬਣਨਗੇ ਲੇਕਿਨ ਫਿਰ ਵੀ ਜਿਵੇਂ ਮਨੋਜ ਉਹਨੇ ਆਖਿਆ ਕਿ ਤੁਸੀਂ ਅੱਛਾ ਪ੍ਰੋਪਗੰਡਾ ਕਰਨਾ ਅੱਜ ਹੈ SBI RCT ਜੰਮੂ ਦੀ ਤਰਫੋਂ ਉੱਤੇ ਆਣੀਆਂ ਇੱਕ ਪਿੰਡ ਬੁੜਾ ਦਾ ਤਲਾਅ ਆਣੀ ਇੱਕ ਕੈਂਪ ਲਾਇਆ ਅਵੇਅਰਨੈਸ ਕੈਂਪ ਹੈ ਜਿਸ ਦੇ ਵਿੱਚ ਅਸੀਂ ਬੇਰੁਜ਼ਗਾਰ ਬੱਚੇ ਔਰ ਬੱਚੀਆਂ ਦੇ ਬਾਰੇ 'ਚ ਉਹਨੇ ਟ੍ਰੇਨਿੰਗ ਦੇ ਬਾਰੇ ਦੱਸਿਆ ਜਿਹਦੇ ਵਿੱਚ ਕਿ ਟ੍ਰੇਨਿੰਗ ਦੱਸ ਪਿੰਡ ਦੇ ਵਿੱਚ ਸਾਰੇ ਜਿਹੜੇ CDPO ਸਾਹਿਬ ਵੀ ਆਏ ਦੇ ਸਰਪੰਚਿਸ ਆਏ ਦੇ ਔਰ ਜਿਵੇਂ ਪਿੰਡ ਦੇ ਮੋਜ਼ਿਸ ਆਦਮੀ ਵੀ ਆਏ ਦੇ ਜਿਹਨੇ ਕਾਫੀ ਅਟੈਂਡੈਂਸ ਦਿੱਤੀ ਆ ਔਰ ਆਪਣੀ ਸਕੀਮ ਦੇ ਬਾਰੇ ਟ੍ਰੇਨਿੰਗ ਦੇ ਬਾਰੇ ਦੱਸਿਆ ਕਿ ਜਿਹੜੇ ਬੇਰੁਜ਼ਗਾਰ ਬੱਚੇ ਬੱਚੀਆਂ ਜਿਹੜੇ ਘੱਟ ਪੜ੍ਹੇ ਲਿਖੇ ਦੇ ਕੋਈ ਰੁਜ਼ਗਾਰ ਨਹੀਂ ਉਹਦੇ ਕੋਲ ਉਹਦੇ ਵਾਸਤੇ ਹੈ ਜਾਂ ਲੇਡੀਜ਼ ਵਾਸਤੇ ਹੈ ਦੱਸਿਆ ਲੜਕੀਆਂ ਵਾਸਤੇ ਹੈ ਕਟਿੰਗ ਟੇਲਰਿੰਗ ਬਿਊਟੀ ਪਾਰਲਰ ਸਾਫਟ ਆਈ ਮੇਕਿੰਗ ਝੂਮਰ ਮੇਕਿੰਗ ਔਰ ਕਈ ਕਿਸਮ ਦੇ ਜਿਵੇਂ ਪਿਕਲ ਬਣਾਉਣਾ ਪਾਪੜ ਬਣਾਉਣਾ ਕਈ ਕਿਸਮ ਦੀਆਂ ਟ੍ਰੇਨਿੰਗਾਂ ਲੜਕੀਆਂ ਵਾਸਤੇ ਪਲੰਬਿੰਗ ਇਲੈਕਟ੍ਰੀਸ਼ਨ ਔਰ ਡੇਅਰੀ ਫਾਰਮਿੰਗ ਕੰਪਿਊਟਰ ਬੇਸਿਕ ਅਤੇ ਆਪਣਾ AC ਫਰਿੱਜ ਵਿੱਚ ਅਸੀਂ ਇਹ ਜਿਹੜਾ ਕੈਂਪ ਹੈ
ਇਹ ਐਸਸੀ ਐਸਟੀ ਕੋਲੈਬੋਰੇਸ਼ਨ ਦੇ ਕੰਨੇ ਆਰਗੇਨਾਈਜੇਸ਼ਨ ਜਿਹੜੀ ਫੈਡਰੇਸ਼ਨ ਹੈ ਇਸ ਫੈਡਰੇਸ਼ਨ ਨੇ ਅੱਜ ਮਤ ਕੀਤੀ ਹੈ ਤੇ ਇਹਨੇ ਆਰਸੀਟੀ ਵਾਲੇ ਗੱਲ ਕੀਤੀ ਉਸ ਦੇ ਵਿੱਚ ਅਸੀਂ ਇਹਦੀ ਕੋਲੈਬੋਰੇਸ਼ਨ ਦੇ ਕੰਨੇ ਇਹ ਕੈਂਪ ਲਗਾਇਆ ਹੈ ਗੁੜਾ ਤਲਾਬ ਅਮਰਾ ਮੇ ਜੋ ਆਰ ਸਿਟੀ ਨੇ ਜੋ ਕੈਂਪ ਲਗਾਇਆ ਤਾਂ ਉਸਮੇ ਹਮਨੇ ਸੋਸ਼ਲ ਵੈਲ ਡਿਪਾਰਟਮੈਂਟ ਸੋਸ਼ਲ ਵੈਲਫੇਅਰ ਡਿਪਾਰਟਮੈਂਟ ਕੋ ਪ੍ਰਸਤੁਤ ਕਰਤੇ ਹੋਏ ਮੈਨੇ ਆਪਣੀ ਸਕੀਮੋ ਕੇ ਬਾਰੇ ਮੇ ਲੋਗੋਂ ਕੋ ਬਤਾਇਆ ਕਿ ਹਮਾਰਾ ਜੋ ਡਿਪਾਰਟਮੈਂਟ ਹੈ ਉਹ ਡਿਫਰੈਂਟ ਸਕੀਮੋ ਪੇ ਕਾਮ ਕਰਾ ਜੋ ਸਕਾਲਰਸ਼ਿਪ ਉਸ ਪਲੱਸ ਜੋ ਵੋਕੇਸ਼ਨਲ ਟ੍ਰੇਨਿੰਗ ਹੈ ਜੈਸੇ ਕਟਿੰਗ ਟੇਲਰਿੰਗ ਪਲੰਬਰਿੰਗ ਡਰਾਈਵਿੰਗ ਇਲੈਕਟ੍ਰੀਸ਼ਨ ਔਰ ਬਿਊਟੀਸ਼ੀਅਨ ਕੇ ਕੋਰਸ ਜੋ ਕਰਾ ਦਿਆ ਮੈਨੇ ਉਸ ਆਪਣੇ ਇਸ ਮਾਧਿਅਮ ਕੇ ਥਰੂ ਉਨਕੋ ਬਤਾਇਆ ਕਿ ਇਹ ਜੋ ਲੋਗ ਹੈ ਗਰੁੱਪ ਬਣਾ ਕੇ ਹਮ ਹਮਾਰੇ ਡਿਪਾਰਟਮੈਂਟ ਕੋ ਸੰਪਰਕ ਕਰ ਸਕਤੇ ਔਰ ਇਹ ਇਨ ਟ੍ਰੇਨਿੰਗ ਕੇ ਬਾਰੇ ਮੇ ਸੀਖ ਸਕਤੇ ਹੈ ਤਾਂ ਕਿ ਇਸ ਹਮਾਰਾ ਸਮਾਜ ਥੋੜ੍ਹਾ ਅਪਲਿਫਟ ਹੋ ਸਕੇ ਸਾਡੇ ਗ੍ਰਾਂ ਦੇ ਵਿੱਚ ਜਿਹੜਾ ਆਰ ਸੀ ਟੀ ਦੀ ਤਰਫ ਦਾ ਐਸ ਬੀ ਆਈ ਬੈਂਕ ਦੀ ਜਿਹੜਾ ਟ੍ਰੇਨਿੰਗ ਪ੍ਰੋਗਰਾਮ ਚਲਾਉਂਦਾ ਹੈ ਆਰ ਸੀ ਟੀ ਉਹਦੀ ਤਰਫ ਦਾ ਇੱਕ ਅਵੇਅਰਨੈਸ ਕੈਂਪ ਲਾਇਆ ਗਿਆ ਜਿਹਦੇ 'ਚ ਸਾਡੇ ਇਸ ਗ੍ਰਾਂ ਦੇ ਯੂਥ ਜਿਹੜੇ ਉਹਨੇ ਹਿੱਸਾ ਲਿਆ ਹੈ ਔਰ ਉਹਨੇ ਤਿਆਰ ਕੀਤਾ ਗਿਆ ਹੈ ਕਿ ਤੁਸ ਲੋਕ ਟ੍ਰੇਨਿੰਗ ਲਾਓ ਔਰ ਆਪਣੇ ਰੁਜ਼ਗਾਰ ਖੋਲ੍ਹੋ ਅਤੇ ਉਹਦੇ ਲਈ ਕਾਫੀ ਸੰਖਿਆ 'ਚ ਜਿਹੜੇ ਲੜਕੇ ਨੌਜਵਾਨ ਇੱਥੇ ਆਏ ਲੜਕੀਆਂ ਆਈਆਂ ਉਹਨੇ ਜਾਣਕਾਰੀ ਲੈਤੀ ਹੈ ਅਤੇ ਅਸੀਂ ਉਮੀਦ ਹੈ ਕਿ ਬਹੁਤ ਸਾਰੇ ਲੜਕੇ ਲੜਕੀਆਂ ਜਿਹੜੇ ਆ ਉਹ ਟ੍ਰੇਨਿੰਗ ਲਈ ਹੈ ਆਪਣਾ ਰੁਜ਼ਗਾਰ ਬਣਾਉਣ ਦੀ ਚਲਾਉਣ ਦੀ ਜਿਹੜੀ ਹੈ ਉਹ ਯੋਜਨਾ ਬਣਾਉਣਗੇ ਔਰ ਕਾਮਯਾਬ ਹੋਣਗੇ ਪ੍ਰੋਗਰਾਮ ਰੱਖਿਆ ਗਿਆ ਆਰ ਸੀ ਟੀ ਦਾ ਇਹਦੇ 'ਚ ਕੋਲੈਬੋਰੇਸ਼ਨ ਦਿੱਤੀ ਹੈ ਐਸ ਸੀ ਐਸ ਟੀ ਕਨਫੋਡੇਸ਼ਨ ਨੇ ਗੁਰਦੁਆਰਾ ਸਾਹਿਬ ਨੇ ਵੀ ਇਸ ਪ੍ਰੋਗਰਾਮ ਕੀ ਮਤਲਬ ਕਾਮਯਾਬ ਕਰਨ 'ਚ ਕਾਫੀ ਯੋਗਦਾਨ ਦਿੱਤਾ ਹੈ ਅੱਜ ਗੁੜਾ ਤਲਾਬ ਮੈਂ ਆਲ ਇੰਡੀਆ ਕਨਫੈਡਰੇਸ਼ਨ ਆਫ ਐਸ ਸੀ ਐਸ ਟੀ ਓ ਬੀ ਸੀ ਆਰਗਨਾਈਜੇਸ਼ਨ ਕੀ ਕੋਲੈਬੋਰੇਸ਼ਨ ਕੇ ਸਾਥ ਆਰ ਸੀ ਟੀ ਜੰਮੂ ਨੇ ਯਹਾਂ ਪੇ ਇੱਕ ਅਵੇਅਰਨੈਸ ਕੈਂਪ ਲਗਾਇਆ ਹੈ ਜਿਸਮੇ ਐਜੂਕੇਸ਼ਨ ਅਵੇਅਰਨੈਸ ਕੇ ਸਾਥ ਸਾਥ ਸਕਿਲਡ ਡਿਵੈਲਪਮੈਂਟ ਕੋਰਸਿਸ ਕੇ ਬਾਰੇ ਮੈਂ ਬਤਾਇਆ ਗਿਆ ਹੈ ਔਰ ਕਨਫੈਡਰੇਸ਼ਨ ਨੇ ਇਹ ਸੋਚ ਰੱਖਾ ਹੈ ਕਿ ਐਸੇ ਹੀ ਬਹੁਤ ਸੇ ਕੈਂਪ ਜੋ ਹੈ ਗਾਓ ਗਾਓ ਮੈਂ ਲਗਾਏ ਜਾਏਗੇ ਗਵਰਨਮੈਂਟ ਏਜੰਸੀਜ਼ ਕੇ ਸਾਥ ਔਰ ਸਕਿਲ ਡਿਵੈਲਪਮੈਂਟ ਕਾ ਲੋਕੋ ਕੋ ਜੋ ਹੈ ਫਾਇਦਾ ਕਰਾਇਆ ਜਾਏਗਾ ਔਰ ਜੇ ਜੋ ਸਕੀਮੇ ਹੈ ਜੈਸੇ ਲੋਨ ਵੀ ਇਨਕੋ ਦਿਲਵਾਇਆ ਜਾਏਗਾ ਇਨਕੇ ਪਿੱਛੇ ਪੂਛਤਾਛ ਕੀ ਜਾਏਗੀ ਤਾਂ ਕਿ ਜੇ ਜੋ ਪਾਵਰਟੀ ਹੈ ਪਾਵਰਟੀ ਕੋ ਖਤਮ ਕਰਕੇ ਜੋ ਗਵਰਨਮੈਂਟ ਕੀ ਸਕੀਮੇ ਹੈ ਉਨਕਾ ਫਾਇਦਾ ਕਰਾਇਆ ਜਾਏਗਾ ਸ਼ੁਕਰੀਆ